ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲੋ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੋਦੀ ਸਰਕਾਰ ਦੀ, ਜਿਸ ਦੇ ਵੱਲੋਂ ਭਾਰਤ ਦੇ ਵਿੱਚ ਛੇਤੀ ਹੀ ਜਨਗਣਨਾ ਕਰਵਾਈ ਜਾ ਸਕਦੀ ਹੈ। ਮੋਦੀ ਸਰਕਾਰ ਦੇ ਇਸੇ ਹੀ ਕਾਰਜਕਾਲ ਦੇ ਵਿੱਚ ਇੱਕ ਦੇਸ਼ ਇੱਕ ਚੋਣ ਫਾਰਮੂਲਾ ਵੀ ਲਾਗੂ ਹੋ ਸਕਦਾ ਹੈ। ਅਜਿਹੀਆਂ ਚਰਚਾਵਾਂ ਚੱਲ ਪਈਆਂ ਨੇ। ਰਵਨੀਤ ਬਿੱਟੂ ਦੇ ਵੱਲੋਂ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਆਖ ਦਿੱਤਾ ਗਿਆ ਹੈ। ਵਿਵਾਦ ਹੋ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਰਕਾਰ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਜਲੰਧਰ ਅਤੇ ਫਗਵਾੜਾ ਦੇ ਵਿੱਚ ਦੋ ਲੁੱਟਾਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਜਲੰਧਰ ਦੇ ਵਿੱਚ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਹੋ ਗਿਆ ਹੈ। ਉਹ ਕਿਉਂ, ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਮੋਦੀ ਸਰਕਾਰ ਤੋਂ ਕਰਦੇ ਹਾਂ। ਮੋਦੀ ਸਰਕਾਰ ਦੇ ਵੱਲੋਂ ਛੇਤੀ ਹੀ ਭਾਰਤ ਦੇ ਵਿੱਚ ਜਨਗਣਨਾ ਕਰਵਾਈ ਜਾ ਸਕਦੀ ਹੈ, ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਸਰਕਾਰ ਨੇ ਦਹਾਕੇ ਬਾਅਦ ਹੋਣ ਵਾਲੀ ਜਨਗਣਨਾ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਪ੍ਰਕਿਰਿਆ ਦੇ ਵਿੱਚ ਜਾਤੀ ਸੰਬੰਧੀ ਕਾਲਮ ਸ਼ਾਮਿਲ ਕੀਤਾ ਜਾਵੇਗਾ ਜਾਂ ਫਿਰ ਨਹੀਂ, ਇਸ ਦੇ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਹਾਕੇ ਬਾਅਦ ਹੋਣ ਵਾਲੀ ਜਨਗਣਨਾ ਜਲਦੀ ਕਰਵਾਈ ਜਾ ਸਕਦੀ ਹੈ। ਭਾਰਤ ਦੇ ਵਿੱਚ 1881 ਤੋਂ ਹਰੇਕ 10 ਸਾਲ ਬਾਅਦ ਜਨਗਣਨਾ ਕਰਵਾਈ ਜਾਂਦੀ ਹੈ, ਭਾਵ ਦੇਸ਼ ਦੀ ਆਬਾਦੀ ਦੀ ਗਿਣਤੀ ਕੀਤੀ ਜਾਂਦੀ ਹੈ। ਪਰ ਜੋ ਇਸ ਵਾਰ ਜਨਗਣਨਾ ਹੋਣੀ ਸੀ ਉਹ ਅਪ੍ਰੈਲ 2020 ਦੇ ਵਿੱਚ ਹੋਣੀ ਸੀ। ਕੋਰੋਨਾ ਦੇ ਕਰਕੇ ਮਹਾਮਾਰੀ ਫੈਲਣ ਤੋਂ ਬਾਅਦ ਇਸ ਨੂੰ ਮੁਲਤਵੀ ਕਰਨਾ ਪੈ ਗਿਆ ਸੀ। ਪਿਛਲੇ ਸਾਲ ਸੰਸਦ ਵੱਲੋਂ ਪਾਸ ਮਹਿਲਾ ਰਾਖਵਾਂਕਰਨ ਐਕਟ ਦਾ ਲਾਗੂ ਕਰਨ ਵੀ ਦਹਾਕੇ ਬਾਅਦ ਹੋਣ ਵਾਲੀ ਜਨਗਣਨਾ ਨਾਲ ਜੁੜਿਆ ਹੋਇਆ ਹੈ, ਕਿਉਂਕਿ ਆਬਾਦੀ ਦੀ ਜੇਕਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਹੀ ਪਤਾ ਲੱਗੇਗਾ ਕਿ ਕਿੰਨੇ ਮਰਦ ਹਨ ਅਤੇ ਕਿੰਨੀਆਂ ਬੀਬੀਆਂ ਹਨ ਦੇਸ਼ ਦੇ ਵਿੱਚ। ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਮਹਿਲਾਵਾਂ ਲਈ 1/3 ਸੀਟਾਂ ਰਾਖਵੀਆਂ ਕਰਨ ਸੰਬੰਧੀ ਕਾਨੂੰਨ ਵੀ ਇਸ ਐਕਟ ਦੇ ਲਾਗੂ ਹੋਣ ਤੋਂ ਬਾਅਦ ਹੋਣ ਵਾਲੀ ਪਹਿਲੀ ਜਨਗਣਨਾ ਦੇ ਅੰਕੜਿਆਂ ਦੇ ਆਧਾਰ 'ਤੇ ਹੱਦਬੰਦੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਲਾਗੂ ਹੋਵੇਗਾ। ਕਹਿਣ ਦਾ ਮਤਲਬ ਇਹ ਹੈ ਕਿ ਜੋ ਵੀ ਕਾਨੂੰਨ ਰਾਖਵਾਂ ਕਰਨ ਸੰਬੰਧੀ ਬੀਬੀਆਂ ਸੰਬੰਧੀ ਵੀ ਬਣ ਰਹੇ ਹਨ ਉਹ ਵੀ ਤਾਂ ਹੀ ਲਾਗੂ ਚੰਗੇ ਤਰੀਕੇ ਨਾਲ ਹੋ ਪਾਉਣਗੇ ਜੇਕਰ ਆਬਾਦੀ ਦੀ ਗਿਣਤੀ ਹੁੰਦੀ ਹੈ। ਪਤਾ ਲੱਗਦਾ ਹੈ ਕਿ ਦੇਸ਼ ਦੇ ਵਿੱਚ ਕਿੰਨੇ ਮਰਦ ਹਨ ਪੁਰਸ਼ ਨੇ ਅਤੇ ਕਿੰਨੀਆਂ ਬੀਬੀਆਂ ਨੇ, ਫਿਰ ਹੀ ਉਸੇ ਹਿਸਾਬ ਦੇ ਨਾਲ ਬੀਬੀਆਂ ਦਾ ਰਾਖਵਾਂ ਕਰਨ ਵੀ ਲਾਗੂ ਹੋ ਸਕਦਾ ਹੈ। ਵਿਰੋਧੀ ਧਿਰ ਦੇ ਵੱਲੋਂ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਾਤੀ ਜਨਗਣਨਾ ਨੂੰ ਵੀ ਇੱਕ ਵੱਡਾ ਮੁੱਦਾ ਬਣਾਇਆ ਗਿਆ, ਪਰ ਮੀਡੀਆ ਰਿਪੋਰਟਾਂ ਦਾਅਵਾ ਕਰਦੀਆਂ ਨੇ ਕਿ ਸਰਕਾਰ ਦੇ ਵੱਲੋਂ ਅਜੇ ਇਸ 'ਤੇ ਫੈਸਲਾ ਨਹੀਂ ਲਿਆ ਗਿਆ ਕਿ ਜਾਤੀਆਂ ਦੇ ਆਧਾਰ 'ਤੇ ਵੀ ਜਨਗਣਨਾ ਕਰਨੀ ਹੈ ਜਾਂ ਫਿਰ ਨਹੀਂ ਕਰਨੀ ਹੈ। ਵਿਰੋਧੀ ਧਿਰਾਂ ਤਰਕ ਇਹ ਦਿੰਦੀਆਂ ਨੇ ਜਾਤਾਂ ਦਾ ਪਤਾ ਲੱਗੇਗਾ ਤਾਂ ਹੀ ਫਿਰ ਜਾਤ ਆਧਾਰਿਤ ਜੋ ਸਰਕਾਰੀ ਸਕੀਮਾਂ ਹੁੰਦੀਆਂ ਨੇ ਉਹ ਚੰਗੇ ਤਰੀਕੇ ਨਾਲ ਲਾਗੂ ਹੋ ਪਾਉਣਗੀਆਂ। ਮਤਲਬ ਐਸੀ ਭਾਈਚਾਰੇ ਦੀ ਗਿਣਤੀ ਕਿੱਥੇ ਕਿੰਨੀ ਹੈ ਉਸੇ ਹਿਸਾਬ ਨਾਲ ਹੀ ਰਾਖਵਾਂਕਰਨ ਲਾਗੂ ਕੀਤਾ ਜਾ ਸਕਦਾ ਹੈ। ਜੇਕਰ ਜਨਗਣਨਾ ਹੋਵੇਗੀ ਜਾਤੀਗਤ ਆਧਾਰ 'ਤੇ, ਫਿਰ ਹੀ ਪਤਾ ਲੱਗੇਗਾ ਕਿੰਨੇ ਐਸਸੀ ਹਨ, ਕਿੰਨੇ ਬੀਸੀ ਹਨ, ਐਸਟੀ ਓਬੀਸੀ ਕਿੰਨੇ ਕਿੰਨੇ ਹਨ। ਉਸੇ ਹਿਸਾਬ ਨਾਲ ਹੀ ਸਰਕਾਰੀ ਸਕੀਮਾਂ ਬਣਾਈਆਂ ਜਾ ਸਕਦੀਆਂ ਨੇ ਅਤੇ ਉਹਨਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ। ਵਿਰੋਧੀ ਧਿਰ ਇਹ ਤਰਕ ਦਿੰਦੀ ਹੈ, ਕੇਂਦਰ ਸਰਕਾਰ ਇਹ ਦਲੀਲ ਦਿੰਦੀ ਹੈ ਕਿ ਜਾਤੀਗਤ ਜਨਗਣਨਾ ਨਹੀਂ ਕਰਵਾਈ ਜਾਣੀ ਚਾਹੀਦੀ ਕਿਉਂਕਿ ਉਸ ਦੇ ਨਾਲ ਦੇਸ਼ ਜਾਤਾਂ ਦੇ ਵਿੱਚ ਵੰਡਿਆ ਜਾਂਦਾ ਹੈ। ਇਹ ਕਹਿ ਕੇ ਕੇਂਦਰ ਸਰਕਾਰ ਦੇ ਵੱਲੋਂ ਇਸ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ। ਹੁਣ ਜਨਗਣਨਾ ਦੇ ਵਿੱਚ ਜਾਤ ਦਾ ਕੌਲਮ ਕੇਂਦਰ ਸਰਕਾਰ ਦੇ ਵੱਲੋਂ ਰੱਖਿਆ ਜਾਵੇਗਾ ਜਾਂ ਫਿਰ ਨਹੀਂ, ਇਹ ਤਾਂ ਸਮਾਂ ਆਉਣ 'ਤੇ ਹੀ ਪਤਾ
ਲੱਗੇਗਾ। ਅੱਗੇ ਵਧਦੇ ਹਾਂ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੇ ਵਿੱਚ ਇਹ ਐਲਾਨ ਕੀਤਾ ਗਿਆ ਸੀ, ਇੱਕ ਦੇਸ਼ ਇੱਕ ਚੋਣ ਅਸੀਂ ਕਰਵਾਵਾਂਗੇ। ਭਾਵ ਪੂਰੇ ਭਾਰਤ ਦੇ ਵਿੱਚ ਇੱਕੋ ਸਮੇਂ ਹੀ ਸਾਰੀਆਂ ਵੋਟਾਂ ਕਰਵਾ ਲਈਆਂ ਜਾਣ। ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਵਾਲੀਆਂ ਵੋਟਾਂ ਵੀ, ਲੋਕ ਸਭਾ ਦੀਆਂ ਚੋਣਾਂ ਜਿਸ ਨੂੰ ਆਖਿਆ ਜਾਂਦਾ ਹੈ, ਅਤੇ ਵਿਧਾਨ ਸਭਾ ਦੀਆਂ ਵੋਟਾਂ ਵੀ, ਜੋ ਸੂਬਿਆਂ ਦੇ ਮੁੱਖ ਮੰਤਰੀਆਂ ਵਾਲੀਆਂ ਚੋਣਾਂ ਹੁੰਦੀਆਂ ਨੇ, ਇੱਕੋ ਵਾਰੀ ਪੂਰੇ ਭਾਰਤ ਦੇ ਵਿੱਚ ਪ੍ਰਧਾਨ ਮੰਤਰੀ ਵੀ ਚੁਣਿਆ ਜਾਵੇ, MPs ਵੀ ਚੁਣੇ ਜਾਣ, ਅਤੇ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀ ਵੀ ਉਦੋਂ ਹੀ ਚੁਣੇ ਜਾਣ, ਇੱਕੋ ਵਾਰ 'ਚ ਸਾਰੇ ਦੇਸ਼ 'ਚ ਵੋਟਾਂ ਪਵਾ ਲਈਆਂ ਜਾਣ, ਅਸੀਂ ਇਹ ਲਾਗੂ ਕਰਾਂਗੇ। ਚੋਣ ਕਮਿਸ਼ਨ ਤੋਂ ਪੁੱਛਿਆ ਗਿਆ, ਚੋਣ ਕਮਿਸ਼ਨ ਨੇ ਆਖਿਆ ਅਸੀਂ ਤਿਆਰ ਹਾਂ, ਸਾਡੇ ਵੱਲੋਂ ਭਾਵੇਂ ਕਰਵਾ ਲਓ। ਅਦਾਲਤ ਦੇ ਵੱਲੋਂ ਵੀ ਜਦੋਂ ਕੇਂਦਰ ਸਰਕਾਰ ਤੋਂ ਇਹ ਪੁੱਛਿਆ ਗਿਆ ਤਾਂ ਕੇਂਦਰ ਸਰਕਾਰ ਨੇ ਵੀ ਆਖਿਆ ਕਿ ਅਸੀਂ ਵੀ ਤਿਆਰ ਹਾਂ, ਕਿਉਂਕਿ ਇਹ ਮਸਲਾ ਅਦਾਲਤ ਦੇ ਵਿੱਚ ਵੀ ਪਹੁੰਚਿਆ ਸੀ, ਕੇਂਦਰ ਸਰਕਾਰ ਵੀ ਤਿਆਰ ਹੈ ਅਤੇ ਚੋਣ ਕਮਿਸ਼ਨ ਵੀ ਤਿਆਰ ਹੈ। ਇਸਦਾ ਮਤਲਬ ਇਹ ਹੈ, ਹੁਣ ਮੀਡੀਆ ਰਿਪੋਰਟਾਂ ਸਾਹਮਣੇ ਇਹ ਆਉਣ ਲੱਗ ਪਈਆਂ ਨੇ ਕਿ ਮੋਦੀ ਸਰਕਾਰ ਦੇ ਵੱਲੋਂ ਆਪਣੇ ਇਸੇ ਹੀ ਕਾਰਜਕਾਲ ਦੇ ਵਿੱਚ ਜਿਹੜੀ ਸਰਕਾਰ 2024 ਦੇ ਵਿੱਚ ਬਣੀ ਹੈ ਅਤੇ 29 ਤੱਕ ਚੱਲਣੀ ਹੈ, ਇਸੇ ਕਾਰਜਕਾਲ ਦੇ ਵਿੱਚ ਹੀ ਇਹ ਫਾਰਮੂਲਾ ਲਾਗੂ ਕੀਤਾ ਜਾ ਸਕਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ 2029 ਹੋਣੀਆਂ ਨੇ, ਉਸ ਵੇਲੇ ਪੂਰੇ ਭਾਰਤ ਦੇ ਵਿੱਚ ਸਾਰੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵੀ ਹੋ ਸਕਦੀਆਂ ਹਨ। ਅਜਿਹੀਆਂ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਲੱਗ ਪਈਆਂ ਨੇ। ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਦੇ ਵੱਲੋਂ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ, ਮੀਡੀਆ ਰਿਪੋਰਟਾਂ ਇਹ ਦਾਅਵਾ ਕਰਦੀਆਂ ਨੇ। ਕਦੋਂ ਕੁ ਤੱਕ ਇਹ ਫਾਰਮੂਲਾ ਇੱਕ ਦੇਸ਼ ਇੱਕ ਚੋਣ ਵਾਲਾ ਫਾਰਮੂਲਾ ਲਾਗੂ ਹੋ ਪਾਉਂਦਾ ਹੈ, ਸਮੇਂ ਤੋਂ ਪਹਿਲਾਂ ਇਸ ਦੇ ਬਾਰੇ ਅਜੇ ਕੁਝ ਵੀ ਆਖਿਆ ਨਹੀਂ ਜਾ ਸਕਦਾ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਅਮਰੀਕਾ ਦੌਰੇ ਦੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵੱਲੋਂ ਸਿੱਖਾਂ ਦੇ ਬਾਰੇ ਜੋ ਬਿਆਨ ਦਿੱਤਾ ਗਿਆ, ਉਸ ਨੂੰ ਲੈ ਕੇ ਦੇਸ਼ ਦੀ ਸਿਆਸਤ ਰੁਕਣ ਦੀ ਥਾਂ ਹੋਰ ਵੀ ਤੇਜ਼ੀ ਫੜਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਦੇ ਵਿੱਚ ਲੁਧਿਆਣਾ ਤੋਂ ਹਾਰੇ ਭਾਰਤੀ ਜਨਤਾ ਪਾਰਟੀ ਦੇ ਆਗੂ ਰਵਨੀਤ ਬਿੱਟੂ ਨੂੰ ਮੰਤਰੀ ਬਣਾਇਆ ਗਿਆ, ਰਾਜ ਮੰਤਰੀ ਬਣਾਇਆ ਗਿਆ। ਉਹਨਾਂ ਨੇ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਆਖ ਦਿੱਤਾ ਰਾਹੁਲ ਗਾਂਧੀ ਨੂੰ। ਉਹਨਾਂ ਨੇ ਆਖਿਆ ਇਸ ਵੇਲੇ ਜੇਕਰ ਕਿਸੇ ਅੱਤਵਾਦੀ 'ਤੇ ਫੜਨ ਲਈ ਸਭ ਤੋਂ ਵੱਡਾ ਇਨਾਮ ਰੱਖਿਆ ਜਾਣਾ ਚਾਹੀਦਾ ਹੈ, ਜੇਕਰ ਕੋਈ ਦੇਸ਼ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਅੱਤਵਾਦੀ ਹੈ ਉਹ ਰਾਹੁਲ ਗਾਂਧੀ ਹੈ। ਰਵਨੀਤ ਬਿੱਟੂ ਜਿਹੜੇ ਕਿ ਥੋੜ੍ਹਾ ਸਮਾਂ ਪਹਿਲਾਂ ਤੱਕ ਗਾਂਧੀ ਪਰਿਵਾਰ ਦੇ ਸੋਹਲੇ ਗਾਉਂਦੇ ਸਨ, ਭਾਜਪਾ ਦੇ ਵਿੱਚ ਜਾ ਕੇ ਉਹਨਾਂ ਨੇ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾ ਨੂੰ ਅੱਤਵਾਦੀ ਆਖ ਦਿੱਤਾ ਹੈ। ਕਾਂਗਰਸ ਪਾਰਟੀ ਨੂੰ ਗੁੱਸਾ ਚੜ ਗਿਆ। ਪੰਜਾਬ ਦੀ ਵਿਰੋਧੀ ਧਿਰ ਦੇ ਨੇਤਾ, ਪੰਜਾਬ ਦੀ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕੇਂਦਰ ਸਰਕਾਰ ਨੂੰ ਵੀ ਜ਼ਰਾ ਵੇਖਣਾ ਚਾਹੀਦਾ ਹੈ, ਹਾਰੇ ਹੋਏ ਬੰਦਿਆਂ ਨੂੰ ਜੇਕਰ ਇਸ ਤਰ੍ਹਾਂ ਸਿਰ 'ਤੇ ਬਿਠਾਇਆ ਜਾਵੇਗਾ ਉਹ ਅਜਿਹਾ ਹੀ ਅਨਾਪ ਸ਼ਨਾਪ ਹੀ ਬਿਆਨਬਾਜ਼ੀ ਕਰਨਗੇ। ਬਿਲਕੁਲ ਮਾਨਸਿਕ ਸੰਤੁਲਨ ਖਰਾਬ ਹੋ ਗਿਆ ਹੈ ਰਵਨੀਤ ਬਿੱਟੂ ਦਾ। ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਵਿੱਚ ਹੀ ਇਹ ਸੰਸਦ ਮੈਂਬਰ ਬਣਦਾ ਰਿਹਾ ਬੰਦਾ, ਵੇਖੋ ਸਿਆਸੀ ਤੌਰ 'ਤੇ ਦਿਵਾਲੀਆ ਹੋ ਗਿਆ ਹੈ। ਡਾਕਟਰ ਰਾਜ ਕੁਮਾਰ ਵੇਰਕਾ ਨੇ ਆਖਿਆ ਚਮਚਾਗਿਰੀ ਦੀ ਵੀ ਹੱਦ ਹੁੰਦੀ ਹੈ, ਭਾਜਪਾ ਦੀ ਚਮਚਾਗਿਰੀ ਕਰਨ ਲਈ ਉਸੇ ਬੰਦੇ ਨੂੰ ਹੀ ਅੱਤਵਾਦੀ ਦੱਸੀ ਜਾਂਦਾ ਹੈ ਰਵਨੀਤ ਬਿੱਟੂ, ਜਿਸ ਦੀ ਅਗਵਾਈ ਦੇ ਵਿੱਚ ਇੰਨੀ ਤਰੱਕੀ ਕੀਤੀ ਸਿਆਸੀ ਤੌਰ 'ਤੇ ਰਵਨੀਤ ਬਿੱਟੂ ਨੇ। ਬਿਲਕੁਲ ਆਪਣੀ ਜ਼ੁਬਾਨ 'ਤੇ ਲਗਾਮ ਲਾਉਣੀ ਚਾਹੀਦੀ ਹੈ। ਕਾਂਗਰਸ ਪਾਰਟੀ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਰਵਨੀਤ ਬਿੱਟੂ ਦੇ ਖਿਲਾਫ ਆਉਂਦੀ ਨਜ਼ਰ ਆ ਰਹੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਖਿਰਕਾਰ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਹੀ ਦਿੱਤਾ ਗਿਆ। ਐਤਵਾਰ ਵਾਲੇ ਦਿਨ ਦਿੱਲੀ ਦੇ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਉਹਨਾਂ ਨੇ ਪਾਰਟੀ ਵਰਕਰਾਂ ਦਾ ਇਕੱਠ ਰੱਖਿਆ, ਭਾਸ਼ਣ ਦਿੱਤਾ, ਆਖਿਆ ਮੈਂ 2 ਦਿਨ ਬਾਅਦ ਅਸਤੀਫਾ ਦੇ ਦੇਵਾਂਗਾ, ਨਵਾਂ ਮੁੱਖ ਮੰਤਰੀ ਚੁਣਿਆ ਜਾਵੇਗਾ, ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਹੋਵੇਗਾ, ਪਰ ਉਹ ਮਨੀਸ਼ ਸਿਸੋਦੀਆ ਨਹੀਂ ਹੋਵੇਗਾ, ਕਿਉਂਕਿ ਸਿਸੋਦੀਆ 'ਤੇ ਵੀ ਉਹੀ ਇਲਜ਼ਾਮ ਲੱਗੇ ਨੇ ਜੋ ਮੇਰੇ 'ਤੇ ਲੱਗੇ ਘਪਲਾ ਕਰਨ ਦੇ। ਇਸ ਕਰਕੇ ਅਸੀਂ ਦੋਵੇਂ ਮੁੱਖ ਮੰਤਰੀ ਨਹੀਂ ਬਣਨਗੇ, ਨਹੀਂ ਬਣਾਂਗੇ। ਸਾਡੇ ਤੋਂ ਇਲਾਵਾ ਕੋਈ ਆਪ ਦਾ ਲੀਡਰ ਹੁਣ ਨਵਾਂ ਦਿੱਲੀ ਦਾ ਮੁੱਖ ਮੰਤਰੀ ਬਣੇਗਾ। ਫਰਵਰੀ ਦੇ ਵਿੱਚ ਦਿੱਲੀ 'ਚ ਚੋਣਾਂ ਹੋਣੀਆਂ ਨੇ, ਵੋਟਾਂ ਪੈਣੀਆਂ ਨੇ। ਮੈਂ ਮੰਗ ਰੱਖਦਾ ਹਾਂ ਫਰਵਰੀ ਤੋਂ ਪਹਿਲਾਂ ਨਵੰਬਰ ਮਹੀਨੇ ਦੇ ਵਿੱਚ ਹੀ ਦਿੱਲੀ ਦੀਆਂ ਵੋਟਾਂ ਪੁਆ ਲਈਆਂ ਜਾਣ। ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਅਤੇ ਕੇਂਦਰ ਸਰਕਾਰ ਦੇ ਅੱਗੇ ਇਹ ਮੰਗ ਰੱਖ ਦਿੱਤੀ ਹੈ। ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਤੀਰ ਨਾਲ ਕਈ ਨਿਸ਼ਾਨੇ ਕਰ ਦਿੱਤੇ ਗਏ ਨੇ, ਕਿਉਂਕਿ ਉਹਨਾਂ ਨੇ ਆਪਣਾ ਦਿੱਲੀ ਦੀਆਂ ਵਿਧਾਨ ਸਭਾ ਵੋਟਾਂ ਦਾ ਏਜੰਡਾ ਵੀ ਦੱਸ ਦਿੱਤਾ ਹੈ। ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਆਖਿਆ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡਦਾ ਹਾਂ, ਜੇਕਰ ਮੈਂ ਇਮਾਨਦਾਰ ਹਾਂ, ਵੋਟਾਂ ਪਾ ਦਿਓ, ਜਿਤਾ ਦਿਓ, ਫਿਰ ਹੀ ਮੈਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾਂਗਾ, ਜੇਕਰ ਮੈਂ ਤੁਹਾਨੂੰ ਬੇਈਮਾਨ ਲੱਗਦਾ ਹਾਂ, ਵੋਟਾਂ ਨਾ ਪਾਇਓ। ਪਿਛਲੀ ਵਾਰ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਇਹ ਕਹਿ ਕੇ ਚੋਣਾਂ ਲੜੇ ਸਨ, ਕੰਮ ਕੀਤਾ ਹੈ ਵੋਟ ਪਾਓ, ਨਹੀਂ ਕੀਤਾ ਵੋਟ ਨਾ ਪਾਓ। ਇਸ ਵਾਰ ਨਾਰਾ ਦਿੱਤਾ ਮੈਂ ਇਮਾਨਦਾਰ ਹਾਂ ਤਾਂ ਵੋਟ ਪਾਓ, ਬੇਈਮਾਨ ਹਾਂ ਤਾਂ ਵੋਟ ਨਾ ਪਾਓ। ਆਪਣਾ ਏਜੰਡਾ ਅਰਵਿੰਦ ਕੇਜਰੀਵਾਲ ਨੇ ਦੱਸ ਦਿੱਤਾ। ਸੁਪਰੀਮ ਕੋਰਟ ਦੀਆਂ ਸ਼ਰਤਾਂ ਦੇ ਮੁਤਾਬਕ ਉਹਨਾਂ ਦੇ ਕੋਲ ਮੁੱਖ ਮੰਤਰੀ ਦੀ ਪਾਵਰ ਨਹੀਂ ਰਹਿ ਗਈ ਸੀ, ਇਸ ਕਰਕੇ ਉਹ ਕਸੂਤੇ ਫਸ ਗਏ ਸਨ। ਸਥਿਤੀ ਦੇ ਵਿੱਚ ਕਰਦੇ ਕੀ, ਪਰ ਇਸ ਸਥਿਤੀ ਨੂੰ ਉਹਨਾਂ ਨੇ ਆਪਣੇ ਪੱਖ ਦੇ ਵਿੱਚ ਘੁਮਾ ਲਿਆ ਹੈ, ਆਪਣੇ ਪੱਖ 'ਚ ਕਰ ਲਿਆ ਹੈ, ਅਤੇ ਲੋਕਾਂ ਨੂੰ ਭਾਵੁਕ ਕਰਨ ਦਾ ਕੰਮ ਅਰਵਿੰਦ ਕੇਜਰੀਵਾਲ ਕਰਦੇ ਨਜ਼ਰ ਆ ਰਹੇ ਨੇ। ਆਪਣੇ ਆਪ ਨੂੰ ਪੀੜਿਤ ਦੱਸ ਰਹੇ ਨੇ ਕਿ ਮੇਰੇ ਨਾਲ ਧੱਕਾ ਕਰ ਰਹੀ ਹੈ ਮੋਦੀ ਸਰਕਾਰ, ਇਸ ਕਰਕੇ ਮੈਨੂੰ ਵੋਟਾਂ ਪਾ ਦਿਓ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਸਰਕਾਰ ਦੇ ਮੰਤਰੀ ਨੇ, ਜਿਵੇਂ ਕਿ ਅਣਮੋਲ ਗਗਨਮਾਨ, ਜਿਵੇਂ ਕਿ ਹਰਪਾਲ ਸਿੰਘ ਚੀਮਾ, ਇਹ ਸਾਰੇ ਆਖਦੇ ਬੱਲੇ ਬੱਲੇ। ਦੇਸ਼ ਦੀ ਇਤਿਹਾਸ ਦੇ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਕਿਸੇ ਮੁੱਖ ਮੰਤਰੀ ਨੇ ਅਸਤੀਫਾ ਦਿੱਤਾ ਹੋਵੇ। ਇੰਨਾ ਵੱਡਾ ਤਿਆਗ, ਇੰਨਾ ਵੱਡਾ ਬਲੀਦਾਨ ਇਹ ਸਿਰਫ ਅਰਵਿੰਦ ਕੇਜਰੀਵਾਲ ਹੀ ਕਰ ਸਕਦਾ ਹੈ, ਕਿਉਂਕਿ ਉਹ ਇੱਕ ਮਹਾਨ ਸਿਆਸਤਦਾਨ ਹੈ। ਇਹਨਾਂ ਲੀਡਰਾਂ ਦੇ ਵੱਲੋਂ ਮਹਾਨ ਤਿਆਗ ਦੱਸਿਆ ਜਾ ਰਿਹਾ ਹੈ ਜੋ ਅਸਤੀਫਾ ਦਿੱਤਾ ਅਸਤੀਫਾ ਦੇਣ ਦਾ ਐਲਾਨ ਕੀਤਾ ਅਰਵਿੰਦ ਕੇਜਰੀਵਾਲ ਨੇ। ਉਸ ਐਲਾਨ ਨੂੰ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਵੱਲੋਂ ਇੱਕ ਮਹਾਨ ਬਲੀਦਾਨ ਅਤੇ ਤਿਆਗ ਦੇ ਵਜੋਂ ਵਿਖਾਇਆ ਜਾ ਰਿਹਾ ਹੈ। ਭਾਜਪਾ ਆਖਦੀ ਹੈ ਸ਼ੁਕਰ ਹੈ ਦਿੱਲੀ ਬਚ ਜਾਵੇਗੀ। ਕਾਂਗਰਸ ਪਾਰਟੀ ਦੇ ਸੁਖਜਿੰਦਰ ਰੰਧਾਵਾ ਨੇ ਆਖਿਆ ਪਹਿਲਾਂ ਜੇਲ੍ਹ 'ਚ, ਹੁਣ ਕੰਮ ਕਰਨ ਦਾ ਸਮਾਂ ਆਇਆ, ਤਾਂ ਪਿੱਠ ਵਿਖਾ ਕੇ ਅਰਵਿੰਦ ਕੇਜਰੀਵਾਲ ਭੱਜ ਗਏ ਨੇ। ਵਿਰੋਧੀਆਂ ਦੇ ਵੱਲੋਂ ਅਜਿਹੀਆਂ ਟਿੱਪਣੀਆਂ ਕੀਤੀਆਂ ਗਈਆਂ, ਪਰ ਆਪ ਆਖਦੀ ਹੈ ਬਹੁਤ ਵੱਡਾ ਕਦਮ ਚੁੱਕ ਲਿਆ ਹੈ ਅਰਵਿੰਦ ਕੇਜਰੀਵਾਲ ਨੇ। ਅਜਿਹਾ ਕਦਮ ਤਾਂ ਕਿਸੇ ਨੇ ਕਦੇ ਵੀ ਨਹੀਂ ਚੁੱਕਿਆ। ਅੱਗੇ ਵੱਧਦੇ ਹਾਂ, ਗੱਲ ਕਿਸਾਨਾਂ ਦੀ ਕਰ ਲੈਂਦੇ ਹਾਂ। ਪੰਜਾਬ ਹਰਿਆਣਾ ਬਾਰਡਰਾਂ 'ਤੇ ਦੂਜਾ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਐਲਾਨ ਕੀਤਾ ਗਿਆ ਕਿ 15 ਸਤੰਬਰ ਨੂੰ ਜੀਂਦ ਦੇ ਉਚਾਣਾ ਦੀ ਦਾਣਾ ਮੰਡੀ ਦੇ ਵਿੱਚ ਮਹਾਂਪੰਚਾਇਤ ਕਰਾਂਗੇ, ਅਤੇ ਕਿਸਾਨਾਂ ਦੇ ਵੱਲੋਂ ਇਹ ਮਹਾਂਪੰਚਾਇਤ ਕੀਤੀ ਵੀ ਗਈ, ਪਰ ਸੌਖੀ ਨਹੀਂ ਸੀ, ਕਿਉਂਕਿ ਜਿਹੜੇ ਕਿਸਾਨ ਖਾਸ ਤੌਰ 'ਤੇ ਪੰਜਾਬ ਤੋਂ ਇਸ ਮਹਾਂਪੰਚਾਇਤ ਦੇ ਵਿੱਚ ਜਾ ਰਹੇ ਸਨ, ਉਹਨਾਂ ਨੂੰ ਇੱਕ ਵਾਰ ਫਿਰ ਤੋਂ ਰੋਕਾਂ ਤੋੜਨੀਆਂ ਪੈ ਗਈਆਂ।
ਤਸਵੀਰਾਂ ਸਾਹਮਣੇ ਆਈਆਂ। ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਬੈਰੀਗੇਟਿੰਗ ਕੀਤੀ ਗਈ ਅਤੇ ਵੱਡੇ ਪੱਧਰ ਤੇ ਪੁਲਿਸ ਫੋਰਸ ਵੀ ਤੈਨਾਤ ਕਰ ਦਿੱਤੀ ਗਈ। ਕਿਸਾਨਾਂ ਨੂੰ ਰੋਕ ਲਿਆ ਗਿਆ। ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਹੁਣ ਤਾਂ ਅਸੀਂ ਦਿੱਲੀ ਵੀ ਨਹੀਂ ਚੱਲੇ। ਇਹ ਆਖਦੇ ਸੀ ਰਾਜਧਾਨੀ 'ਚ ਜਾ ਕੇ ਤੁਸੀਂ ਸੜਕਾਂ ਰੋਕਦੇ ਹੋ, ਅਸੀਂ ਤੁਹਾਨੂੰ ਜਾਣ ਨਹੀਂ ਦੇਣਾ। ਅੱਜ ਅਸੀਂ ਕਿਹੜਾ ਦਿੱਲੀ ਚੱਲੇ ਹਾਂ, ਅਸੀਂ ਜੀਂਦ ਚੱਲੇ ਹਾਂ, ਫਿਰ ਵੀ ਨਹੀਂ ਜਾਣ ਦਿੰਦੇ। ਕਿਸਾਨਾਂ ਦੇ ਵੱਲੋਂ ਧੱਕਾ ਮੁੱਕੀ ਕੀਤੀ ਗਈ। ਬੈਰੀਗੇਟਿੰਗ ਧੱਕੇ ਨਾਲ ਪਾਸੇ ਕਰਕੇ ਮਹਾਂਪੰਚਾਇਤ ਦੇ ਵਿੱਚ ਪਹੁੰਚਣ ਦਾ ਕੰਮ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਐਲਾਨ ਹੋ ਗਿਆ ਹੈ ਕਿ 22 ਸਤੰਬਰ ਨੂੰ ਹਰਿਆਣਾ ਦੇ ਪਿੱਪਲੀ ਦੇ ਵਿੱਚ ਇੱਕ ਹੋਰ ਮਹਾਂਪੰਚਾਇਤ ਕੀਤੀ ਜਾਵੇਗੀ। ਵੋਟਾਂ ਹੋਣ ਜਾ ਰਹੀਆਂ ਨੇ, 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਹਰਿਆਣੇ ਦੇ ਵਿੱਚ, ਜੋ ਕਿ ਭਾਰਤੀ ਜਨਤਾ ਪਾਰਟੀ ਲਈ ਇਹ ਜੋ ਕਿਸਾਨਾਂ ਦਾ ਪ੍ਰਦਰਸ਼ਨ ਹੈ ਇਹ ਬਿਲਕੁਲ ਚੰਗੀ ਖਬਰ ਭਾਜਪਾ ਲਈ ਨਹੀਂ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਦਾ ਸੰਗਰੂਰ ਵਾਲਾ ਘਰ, ਘਰ ਨੂੰ ਜਾਂਦੀ ਸੜਕ, ਧਰਨਿਆਂ ਦਾ ਗੜ੍ਹ, ਲਗਾਤਾਰ CM ਦੀ ਕੋਠੀ ਘੇਰਨ ਦੀ ਕੋਸ਼ਿਸ਼ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੀਤੀ ਜਾਂਦੀ ਹੈ, ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁੱਖ ਮੰਤਰੀ ਦੇ ਘਰ ਦੇ ਬਾਹਰ ਪੁਲਿਸ ਪੱਕੇ ਤੌਰ 'ਤੇ ਤੈਨਾਤ ਰਹਿੰਦੀ ਹੈ ਅਤੇ ਉਹ ਕਿਸੇ ਨੂੰ ਵੀ ਅੱਗੇ ਨਹੀਂ ਵਧਣ ਦਿੰਦੇ। ਹੁਣ ਤਸਵੀਰਾਂ ਇੱਕ ਵਾਰ ਫਿਰ ਤੋਂ ਸਾਹਮਣੇ ਆ ਗਈਆਂ। ETT ਟੈਟ ਪਾਸ 5994 ਯੂਨੀਅਨ ਦੇ ਵੱਲੋਂ CM ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੱਗਾਂ ਲੈ ਗਈਆਂ, ਚੁੰਨੀਆਂ ਰੁਲ ਗਈਆਂ, ਹੱਲਾ ਤਾਂ ਬੋਲਿਆ ਕਿ ਬੈਰੀਗੇਟਿੰਗ ਤੋੜਾਂਗੇ, ਪਰ ਪੁਲਿਸ ਨੇ ਅੱਗੇ ਨਾ ਵਧਣ ਦਿੱਤਾ। ਜ਼ਬਰਦਸਤ ਟੱਕਰ ਹੋ ਗਈ। ਇਹ ਪ੍ਰਦਰਸ਼ਨਕਾਰੀਆਂ ਨੇ ਭਗਵੰਤ ਮਾਨ ਦੇ ਪੁਰਾਣੇ ਬਿਆਨ ਯਾਦ ਕੀਤੇ, ਯਾਦ ਕਰ ਕਰਕੇ ਕੋਸਿਆ, ਕਿਉਂਕਿ ਭਗਵੰਤ ਮਾਨ ਆਖਦੇ ਸੀ ਤੁਹਾਡੇ 'ਚ ਰਿਹਾ ਕਰਾਂਗਾ, ਧਰਨੇ ਲਾਉਣ ਦੀ ਲੋੜ ਨਹੀਂ ਪੈਣੀ, ਤੁਹਾਡੇ ਵਿੱਚ ਹੀ ਬੈਠ ਕੇ ਸਮੱਸਿਆਵਾਂ ਦਾ ਹੱਲ ਕਰ ਦਿਆ ਕਰਾਂਗਾ। ਹੁਣ ਪੁਰਾਣੇ ਬਿਆਨ ਯਾਦ ਕਰ ਕਰਕੇ ਪ੍ਰਦਰਸ਼ਨਕਾਰੀ ਆਪਣਾ ਦੁੱਖੜਾ ਰੋਜ਼ਾਨਾ ਪੱਧਰ 'ਤੇ ਲਗਭਗ ਸੁਣਾਉਂਦੇ ਨਜ਼ਰ ਆ ਰਹੇ ਨੇ ਅਤੇ ਭਗਵੰਤ ਮਾਨ ਲਗਾਤਾਰ ਦਾਅਵਾ ਕਰ ਰਹੇ ਨੇ ਕਿ ਰੰਗਲਾ ਪੰਜਾਬ ਬਣ ਰਿਹਾ ਹੈ। ਅੱਗੇ ਵੱਧਦੇ ਹਾਂ। ਇੱਕ ਹੋਰ ਰੋਸ ਪ੍ਰਦਰਸ਼ਨ ਹੋਇਆ। ਮਿਡ ਡੇ ਮੀਲ ਵਰਕਰ ਯੂਨੀਅਨ ਅਤੇ ਕੁਝ ਹੋਰ ਜਥੇਬੰਦੀਆਂ ਦੇ ਵੱਲੋਂ CM ਦੀ ਕੋਠੀ ਵੱਲ ਨੂੰ ਰੋਸ ਮਾਰਚ ਕੱਢਿਆ ਗਿਆ, ਪਰ ਇਹ ਵੀ CM ਦੇ ਘਰ ਤੱਕ ਪਹੁੰਚਣ ਦੇ ਵਿੱਚ ਕਾਮਯਾਬ ਨਾ ਹੋ ਸਕੇ। ਪੁਲਿਸ ਨੇ ਰੋਕਿਆ ਤਾਂ ਉੱਥੇ ਹੀ ਇਹ ਧਰਨਾ ਲਾ ਕੇ ਬੈਠ ਗਏ। ਮਿਡ ਡੇ ਮੀਲ ਵਰਕਰਾਂ ਦਾ ਕਹਿਣਾ ਹੈ ਘੱਟੋ ਘੱਟ ਉਜਰਤ ਦੇ ਵਿੱਚ ਵਾਧੇ ਦੀ ਸਹੁੰ ਖਾਧੀ ਸੀ। ਹਰਪਾਲ ਸਿੰਘ ਚੀਮਾ ਨੇ ਸਾਡੇ ਵਿੱਚ ਆ ਕੇ ਆਖਿਆ ਸੀ ਮੈਂ ਸਹੁੰ ਖਾਂਦਾ ਹਾਂ, ਜੇਕਰ ਸਰਕਾਰ ਬਣ ਗਈ ਦਿਹਾੜੀ 100 ਤੋਂ 200 ਰੁਪਏ ਕਰ ਦੇਵਾਂਗੇ। ਸਹੁੰ ਤਾਂ ਪੂਰੀ ਕੀ ਕਰਨੀ ਹੈ, ਉਸ ਤੋਂ ਬਾਅਦ ਦੇ ਵਿੱਚ ਸਾਡੀ ਬਾਤ ਨਹੀਂ ਪੁੱਛੀ, ਸਾਨੂੰ ਪੁੱਛਿਆ ਤੱਕ ਨਹੀਂ ਹੈ। ਅਸੀਂ ਤਾਂ ਵਾਅਦੇ ਯਾਦ ਕਰ ਕਰਕੇ ਇਹਨਾਂ ਦੇ ਘਰਾਂ ਵੱਲ ਨੂੰ ਮਾਰਚ ਕਰ ਰਹੇ ਹਾਂ, ਪਰ ਇਹ ਸਾਡੀ ਗੱਲ ਨਹੀਂ ਸੁਣ ਰਹੇ। ਪ੍ਰਦਰਸ਼ਨਕਾਰੀਆਂ ਦੇ ਵੱਲੋਂ ਵੀ ਆਪਣਾ ਦੁੱਖੜਾ ਮੀਡੀਆ ਦੇ ਜ਼ਰੀਏ, ਲੋਕਾਂ ਦੇ ਸਾਹਮਣੇ, ਸਰਕਾਰ ਦੇ ਸਾਹਮਣੇ ਰੱਖਿਆ ਗਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਪੰਜਾਬ ਦੇ ਵਿੱਚ ਉਪ ਚੋਣਾਂ ਦਾ ਐਲਾਨ ਭਾਵੇਂ ਨਹੀਂ ਹੋਇਆ, ਪਰ ਉਪ ਚੋਣਾਂ ਲਈ ਤਿਆਰੀਆਂ ਸਾਰਿਆਂ ਦੇ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ। ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ, ਉਹਨਾਂ ਨੂੰ ਸਮਰਥਨ ਮਿਲ ਗਿਆ ਹੈ ਅੰਮ੍ਰਿਤਪਾਲ ਸਿੰਘ ਦਾ। ਫਰੀਦਕੋਟ ਤੋਂ MP ਸਰਬਜੀਤ ਸਿੰਘ ਖਾਲਸਾ ਨੇ ਤਾਂ ਪਹਿਲਾਂ ਹੀ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਸੀ। ਗਿੱਦੜਬਾਹਾ ਤੋਂ ਚੋਣ ਲੜਨ ਜਾ ਰਹੇ ਨੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ। MP ਖਾਲਸਾ ਨੇ ਤਾਂ ਪਹਿਲਾਂ ਹੀ ਸਮਰਥਨ ਦੇਣ ਦਾ ਐਲਾਨ ਕੀਤਾ ਸੀ, ਪਰ ਹੁਣ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਮਨਦੀਪ ਸਿੱਧੂ ਦੇ ਨਾਲ ਗਿੱਦੜਬਾਹਾ ਪਹੁੰਚੇ ਅਤੇ ਜਨ ਸਭਾਵਾਂ, ਨੁੱਕੜ ਮੀਟਿੰਗਾਂ ਸ਼ੁਰੂ ਵੀ ਕਰ ਦਿੱਤੀਆਂ ਗਈਆਂ ਨੇ। ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ।
ਪੰਥਕ ਉਮੀਦਵਾਰ ਲਗਾਤਾਰ ਮੈਦਾਨ ਦੇ ਵਿੱਚ ਕੁੱਦ ਰਹੇ ਨੇ, ਜਿਵੇਂ ਕਿ ਬਹਿਬਲ ਕਲਾਂ ਕੋਟਕਪੁਰਾ ਗੋਲੀ ਕਾਂਡ ਪੀੜਤ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਵੀ ਗਿੱਦੜਬਾਹਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਖਬਰਾਂ ਆਈਆਂ ਸਨ ਕਿ ਪ੍ਰਧਾਨ ਮੰਤਰੀ ਬਾਜੇ ਕੇ ਵੀ ਚੋਣ ਲੜ ਸਕਦੇ ਨੇ ਅਤੇ ਅੰਮ੍ਰਿਤਪਾਲ ਸਿੰਘ MP ਖਾਲਸਾ ਇਹਨਾਂ ਦੋਵਾਂ ਦੇ ਵੱਲੋਂ ਦੀਪ ਸਿੱਧੂ ਦੇ ਭਰਾ ਨੂੰ ਗਿੱਦੜਬਾਹਾ ਦੀ ਉਪ ਚੋਣ ਦੇ ਵਿੱਚ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਗੇ ਵੱਧਦੇ ਹਾਂ, ਗੱਲ ਲੁੱਟਾਂ ਖੂਹਾਂ ਦੀ ਕਰ ਲੈਂਦੇ ਹਾਂ। ਜਲੰਧਰ ਦੇ ਪੌਸ਼ ਇਲਾਕੇ ਆਦਰਸ਼ ਨਗਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਐਕਟਿਵਾ 'ਤੇ 3 ਲੁਟੇਰੇ ਆਉਂਦੇ ਨੇ, ਇੱਕ ਨੌਜਵਾਨ ਨੂੰ ਸ਼ਰੇਆਮ ਲੁੱਟਣ ਦੀ ਕੋਸ਼ਿਸ਼ ਕਰਦੇ ਨੇ। ਨੌਜਵਾਨ ਭੱਜਦਾ ਹੈ, ਕਾਰ ਦੇ ਪਿੱਛੇ ਵੀ ਲੁਕਦਾ ਹੈ ਅਤੇ ਭੱਜਦਾ ਵੀ ਹੈ, ਫਿਰ ਵੀ ਭੱਜ ਕੇ ਲੁਟੇਰੇ ਉਸ ਨੂੰ ਫੜ ਲੈਂਦੇ ਨੇ ਅਤੇ 300 ਰੁਪਈਆ ਲੁੱਟ ਲੈਂਦੇ ਨੇ। ਜਾਣਕਾਰੀ ਸਾਹਮਣੇ ਆਈ ਹੈ, 3 ਲੁਟੇਰੇ ਸਨ ਅਤੇ ਇਹ ਨੇਪਾਲੀ ਨੌਜਵਾਨ ਹੈ ਜਿਸ ਨੂੰ ਲੁੱਟਿਆ ਗਿਆ ਹੈ, ਕਿਸੇ ਦੇ ਘਰ ਦੇ ਵਿੱਚ ਕੰਮ ਕਰਦਾ ਇਸ ਇਲਾਕੇ ਦੇ ਵਿੱਚ ਅਤੇ ਉਸਦੇ ਕੋਲੋਂ 300 ਰੁਪਈਆ ਲੁੱਟ ਕੇ ਇਹ ਲੁਟੇਰੇ ਫਰਾਰ ਹੋ ਗਏ ਨੇ ਅਤੇ ਬੇਖੌਫ ਲੁਟੇਰੇ ਇੰਨੇ ਨੇ ਕਿ ਇਹਨਾਂ ਦੇ ਵਿੱਚੋਂ ਕਿਸੇ ਨੇ ਆਪਣਾ ਮੂੰਹ ਤੱਕ ਵੀ ਨਹੀਂ ਢੱਕਿਆ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਅਗਲੀ ਖਬਰ ਵੀ ਲੁੱਟ ਨਾਲ ਹੀ ਸੰਬੰਧਿਤ ਹੈ ਅਤੇ ਫਗਵਾੜੇ ਤੋਂ ਸਾਹਮਣੇ ਆਈ ਹੈ। ਫਗਵਾੜਾ ਦੇ ਵਿੱਚ ਗੁਰੂ ਹਰਗੋਬਿੰਦ ਨਗਰ ਦਾ ਇੱਕ ਮੈਡੀਕਲ ਸਟੋਰ ਲੁੱਟ ਲਿਆ ਗਿਆ। 2 ਮੋਟਰਸਾਈਕਲ ਸਵਾਰ ਲੁਟੇਰੇ ਆਏ ਅਤੇ ਫਿਲਮੀ ਅੰਦਾਜ਼ ਦੇ ਵਿੱਚ ਉਹਨਾਂ ਦੇ ਵੱਲੋਂ ਮੈਡੀਕਲ ਸਟੋਰ ਨੂੰ ਦਿਨ ਦਿਹਾੜੇ ਲੁੱਟ ਲਿਆ ਗਿਆ। ਮੈਡੀਕਲ ਸਟੋਰਾਂ ਵਾਲਿਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਖਿਆ ਗਿਆ ਜੇਕਰ ਦਿਨ ਦਿਹਾੜੇ ਇਸ ਤਰੀਕੇ ਦੀਆਂ ਲੁੱਟਾਂ ਹੋਣਗੀਆਂ ਤਾਂ ਕੰਮ ਕਾਰ ਕਿਵੇਂ ਕਰਾਂਗੇ। ਮੈਡੀਕਲ ਸਟੋਰ ਬੰਦ ਕਰਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਕੰਮ ਇਹਨਾਂ ਮੈਡੀਕਲ ਸਟੋਰਾਂ ਵਾਲਿਆਂ ਦੇ ਵੱਲੋਂ ਕੀਤਾ ਗਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ, ਜਲੰਧਰ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਮੰਗਲਵਾਰ ਨੂੰ ਜਲੰਧਰ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਸਿੱਧ ਬਾਬਾ ਸੋਢਲ ਮੇਲੇ ਦੇ ਕਰਕੇ ਇਹ ਸਰਕਾਰੀ ਛੁੱਟੀ ਕੀਤੀ ਗਈ ਹੈ। ਸਾਰੇ ਸਰਕਾਰੀ ਅਦਾਰੇ ਬੰਦ ਰਹਿਣਗੇ, ਭਾਵੇਂ ਵਿੱਦਿਅਕ ਅਦਾਰੇ ਹੋਣ, ਭਾਵੇਂ ਬਾਕੀ ਕੰਮਕਾਜੀ ਸਰਕਾਰੀ ਅਦਾਰੇ ਹੋਣ, ਸਾਰੇ ਬੰਦ ਰਹਿਣਗੇ। ਮੇਲੇ ਦੇ ਪ੍ਰਬੰਧਨ ਦੇ ਲਈ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ, ਡਿਊਟੀਆਂ ਲਾ ਦਿੱਤੀਆਂ ਗਈਆਂ ਨੇ। ਨਗਰ ਨਿਗਮ ਨੂੰ ਵੀ ਸਫਾਈ, ਵੱਧ ਤੋਂ ਵੱਧ ਸਫਾਈ ਰੱਖਣ ਲਈ ਆਖ ਦਿੱਤਾ ਗਿਆ ਹੈ। ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ TV, ਹਰ ਖਬਰ ਦਾ ਸੱਚ।